ਚੱਡਾ ਵੇ ਤੇਰੀ ਜੂਨ ਬੁਰੀ, ਕਦੇ ਸੋਕਾ ਕਦੇ ਹੜ ਤੇ ਕਦੇ ਤੇਲੇ ਦੀ ਮਾਰ। ਪੱਕ ਕੇ ਖੇਤਾਂ ਵਿੱਚ ਤਿਆਰ ਖੜੇ ਝੋਨੇ ਦੀ ਇਸ ਵਾਰ ਤੇਲੇ ਦਾ ਵੱਡਾ ਹਮਲਾ ਹੋਇਆ। ਜਿਸ ਵੀ ਖੇਤ ਵਿੱਚ ਤੇਲਾ ਹਮਲਾ ਕਰਦਾ ਹੈ, ਰਾਤੋ ਰਾਤ ਫਸਲ ਨੂੰ ਤਬਾਹ ਕਰ ਦਿੰਦਾ ਹੈ। ਤੇਲੇ ਦੇ ਹਮਲੇ ਦੀਆਂ ਇਹ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਪਿੰਡਾਂ ਚੋਂ ਨਿਕਲ ਕੇ ਸਾਹਮਣੇ ਆਈਆਂ ਨੇ। ਪਰੇਸ਼ਾਨ ਕਿਸਾਨਾਂ ਦਾ ਕਹਿਣਾ ਹੈ ਕਿ ਕਈ ਵਰ੍ਹਿਆਂ ਬਾਅਦ ਤੇਲੇ ਦਾ ਇੰਨੇ ਵੱਡੇ ਪੱਧਰ ਤੇ ਹਮਲਾ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਨੂੰ ਖਦਸ਼ਾ ਹੈ ਕਿ ਤੇਲੇ ਦੇ ਹਮਲੇ ਕਰਕੇ ਇਸ ਵਾਰ ਫੀ ਏਕੜ ਝੋਨੇ ਦਾ ਝਾੜ 5 ਤੋਂ 10 ਕੁਇੰਟਲ ਘਟੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਕੀਟਨਾਸ਼ਕ ਵੀ ਤੇਲੇ ਤੇ ਅਸਰ ਨਹੀਂ ਕਰ ਰਹੀ ਅਤੇ ਨਾ ਹੀ ਖੇਤੀਬਾੜੀ ਵਿਭਾਗ ਵੱਲੋਂ ਅਜੇ ਤੱਕ ਉਹਨਾਂ ਦੀ ਸਾਰ ਲਈ ਗਈ ਹੈ। ਇਲਜ਼ਾਮ ਹੈ ਕਿ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਤਾਂ ਫਿਕਰਮੰਦ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਵੇ, ਪਰ ਤੇਲੇ ਕਰਕੇ ਜੋ ਫਸਲੀ ਨੁਕਸਾਨ ਹੋ ਰਿਹਾ ਉਸਦਾ ਹੱਲ ਖੇਤੀਬਾੜੀ ਵਿਭਾਗ ਵੱਲੋਂ ਵੀ ਨਹੀਂ ਕੱਢਿਆ ਜਾ ਰਿਹਾ। ਜਿਹੜਾ ਇਸ ਵਾਰ ਤੇਲੇ ਦਾ ਅਟੈਕ ਆਇਆ ਗਾ, ਇਹ ਪਿਛਲੇ ਸਾਲਾਂ ਨੂੰ ਬਹੁਤ ਜ਼ਿਆਦਾ ਆਇਆ ਗਾ। ਪਤਾ ਨਹੀਂ ਜਿਹੜੀਆਂ ਦਵਾਈਆਂ ਨੇਗੀਆਂ ਉਹ ਨਹੀਂ ਕੰਮ ਕਰ ਰਹੀਆਂ। DC ਸਾਹਿਬ ਵੀ ਫਿਰਦੇ ਨੇ, SSP ਸਾਹਿਬ ਵੀ ਫਿਰਦੇ ਨੇ, ਮੀਟਿੰਗਾਂ ਕਰਾਉਂਦੇ ਫਿਰਦੇ ਨੇਗੇ। ਕਾਹਦੇ ਵਾਸਤੇ ਜੀ? ਕਹਿੰਦੇ ਜੀ ਪਰਾਲੀ ਨੂੰ ਅੱਗ ਨਾ ਲਾਇਓ, ਅੱਗ ਤਾਂ ਭਲੇ ਅਸੀਂ ਤਾਂ ਲਾਵਾਂਗੇ ਸਾਡੇ ਫਸਲ ਬਚੂਗੀ। ਇਸ ਵਾਸਤੇ ਕੋਈ ਪ੍ਰਬੰਧ ਨਹੀਂ ਕਰਨਾ ਹੈਗਾ। ਸਾਡੇ ਖੇਤੀਬਾੜੀ ਮਹਿਕਮੇ ਨੇ ਕਿਸੇ ਪਿੰਡ 'ਚ ਆ ਕੇ ਮੀਟਿੰਗ ਨਹੀਂ ਕੀਤੀ ਵੀ ਭਾਈ ਤੇਲੇ ਦਾ ਐਡਾ ਅਟੈਕ ਆਇਆ ਗਾ, ਅਸੀਂ ਆਹ ਦਵਾਈਆਂ ਦੀ ਸਿਫਾਰਸ਼ ਕਰਦੇ ਹਾਂ ਜਾਂ ਅਸੀਂ ਤੁਹਾਨੂੰ ਸੈਂਪਲ ਦਿੰਦੇ ਹਾਂ ਕਿ ਆਹ ਦਵਾਈਆਂ ਦੀ ਸਪਰੇਅ ਕਰਕੇ ਦੇਖੋ। ਜਿਹੜੇ ਖੇਤ ਦੇ ਵਿੱਚੋਂ ਇੱਕ ਏਕੜ ਦੇ ਵਿੱਚੋਂ ਅੱਗੇ ਅਸੀਂ 35 ਤੋਂ 40 ਕੁਇੰਟਲ ਦੇ ਲਗਭਗ ਝੋਨਾ ਕੱਢ ਲੈਂਦੇ ਸੀ, ਇਸ ਵਾਰ ਜਿਸ ਹਿਸਾਬ ਨਾਲ ਹਮਲਾ ਹੋ ਰਿਹਾ ਹੈਗਾ ਇਹ ਐਂ ਲੱਗਦਾ ਵੀ 20 ਤੋਂ ਪਲੱਸ 25 ਕੁਇੰਟਲ ਤੱਕ, ਜਿਹੜਾ ਕਿਉਂਕਿ ਅੱਧ ਤੋਂ ਵੱਧ ਝੋਨੇ ਦਾ ਨੁਕਸਾਨ ਕਰ ਦਿੰਦਾ ਤੇਲਾ। ਇਹ ਸਾਰੀਆਂ ਵੱਡੀਆਂ ਕਾਰਪੋਰੇਟ ਫੈਕਟਰੀਆਂ ਨਾਲ ਜਿਹੜੀਆਂ ਨਕਲੀ ਦਵਾਈਆਂ ਪੈਦਾ ਕਰਦੀਆਂ ਨੇ, ਸਾਰਿਆਂ ਦਾ ਹਿੱਸਾ ਪੱਤੀ ਰਲਿਆ ਮਿਲਿਆ ਹੈਗਾ। ਇਸ ਕਰਕੇ ਦਵਾਈਆਂ ਹੀ ਕੰਮ ਨਹੀਂ ਕਰ ਰਹੀਆਂ। ਅਸੀਂ ਇੱਕ ਏਕੜ ਦੇ ਉੱਪਰ 2-2, 3-3 ਹਜ਼ਾਰ ਰੁਪਏ ਦੀ ਦਵਾਈ ਜਿਹੜੀ ਕਰ ਦਿੱਤੀ ਆ ਇਕੱਲੇ ਕਾਲੇ ਤੇਲੇ ਦੀ, ਦੂਜੀਆਂ ਦਵਾਈਆਂ ਵੱਖਰੀਆਂ ਨੇ। ਇੱਥੇ ਪੰਜਾਬ ਸਰਕਾਰ ਨੂੰ ਪਹਿਲ ਦੇ ਕੇ ਤਾਂ ਗੱਲ ਸੋਚਣੀ ਚਾਹੀਦੀ ਹੈ ਵੀ ਕਿਸਾਨ ਕਿਵੇਂ ਬਚੂ। ਤੇਲੇ ਦੇ ਹਮਲੇ ਕਰਕੇ ਹਾਲਾਤ ਇਹ ਬਣ ਗਏ ਨੇ ਕਿ ਰਾਤ ਹੁੰਦਿਆਂ ਹੀ ਪਿੰਡਾਂ ਦੇ ਵਿੱਚ ਤੇਲੇ ਦਾ ਰਾਜ ਹੋ ਜਾਂਦਾ ਹੈ। ਸਟਰੀਟ ਲਾਈਟਾਂ ਤੇ ਤੇਲੇ ਦੇ ਝੁੰਡ ਮੰਡਰਾਉਂਦੇ ਵਿਖਾਈ ਦਿੰਦੇ ਨੇ, ਜਿਸ ਕਰਕੇ ਲੋਕ ਘਰਾਂ ਵਿੱਚ ਕੈਦ ਹੋ ਜਾਂਦੇ ਨੇ। ਜੋ ਵੀ ਤੇਲੇ ਦੇ ਝੁੰਡ ਦੀ ਜ਼ਦ ਹੇਠ ਆਉਂਦਾ ਹੈ ਤੇਲਾ ਉਸ ਤੇ ਹਮਲਾ ਕਰ ਦਿੰਦਾ ਹੈ। ਪਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਤੋਂ ਤੇਲੇ ਦੇ ਹੱਲ ਦੀ ਮੰਗ ਕੀਤੀ ਹੈ। 2-4 ਦਿਨ ਦੇ ਵਿੱਚ ਹੀ ਇੰਨਾ ਜ਼ਿਆਦਾ ਵੱਧ ਗਿਆ ਵੀ ਜਿਹੜੀਆਂ ਜੀਰੀਆਂ ਨੇ ਮਤਲਬ ਜੜ ਤੋਂ ਲੈ ਕੇ ਉੱਪਰ ਤੱਕ ਬੂਝਾ ਪੂਰੀ ਦਾ ਪੂਰਾ ਸੁੱਕਦਾ। ਬਾਹਰ ਲਾਈਟਾਂ 'ਚ ਤਾਂ ਹੈਗੀ ਹੈਗਾ, ਘਰਾਂ ਦੇ ਅੰਦਰ ਵੀ ਕਮਰਿਆਂ ਦੇ ਅੰਦਰ ਵੀ ਮਤਲਬ ਬੈਠਣਾ ਔਖਾ ਹੋਇਆ ਪਿਆ। ਖੇਡਣਾ ਵੀ ਬਹੁਤ ਔਖਾ ਜੀ, ਇਹਨਾਂ ਬੱਚਿਆਂ ਨੂੰ ਅੱਖਾਂ 'ਚ ਪੈਂਦਾ, ਮੂੰਹ ਜੇ ਮੂੰਹ ਖੋਲਦਾ ਕੋਈ ਤਾਂ ਮੂੰਹ 'ਚ ਪੈ ਜਾਂਦਾ। ਮਤਲਬ ਬਹੁਤ ਜ਼ਿਆਦਾ ਇਹਦਾ ਫਸਲਾਂ ਨੂੰ ਨੁਕਸਾਨ ਹੈ, ਸਪਰੇਅ ਦਾ ਹੁਣ ਕੋਈ ਅਸਰ ਨਹੀਂ ਜੀ ਹੈਗਾ। ਪਰਾਲੀ ਨੂੰ ਅੱਗ ਲਾਉਣ ਵਾਸਤੇ ਉਦੋਂ ਪਿੰਡਾਂ ਦੇ ਵਿੱਚ ਆ ਕੇ ਸੁਝਾਓ ਦੇਣ ਲੱਗ ਜਾਂਦਾ ਵੀ ਅੱਗ ਨਾ ਲਗਾਓ। ਹੁਣ ਕੋਈ ਖੇਤੀਬਾੜੀ ਮਹਿਕਮਾ ਕੋਈ ਤੇਲੇ ਬਾਰੇ ਕੋਈ ਸੁਝਾਓ ਨਹੀਂ ਦੇ ਰਿਹਾ, ਸਪਰੇਹਾਂ ਦਾ ਪੂਰਾ ਜ਼ੋਰ ਹੈ ਜੀ ਇਸ ਟਾਈਮ। ਸੋ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਤੇਲੇ ਦੇ ਹਮਲੇ ਦੇ ਸਤਾਏ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਖਬਰ ਦੇ ਨਸ਼ਰ ਹੋਣ ਮਗਰੋਂ ਕੀ ਪ੍ਰਸ਼ਾਸਨ ਅਤੇ ਖੇਤੀਬਾੜੀ ਮਹਿਕਮੇ ਦੀ ਨੀਂਦ ਖੁੱਲੇਗੀ ਅਤੇ ਉਹ ਕਿਸਾਨਾਂ ਨੂੰ ਦਰਪੇਸ਼ ਇਸ ਮੁਸ਼ਕਿਲ ਦੇ ਹੱਲ ਲਈ ਕੋਈ ਚਾਰਾਜੋਈ ਕਰੇਗਾ, ਜਾਂ ਫਿਰ ਕਿਸਾਨ ਤੇਲੇ ਦੇ ਹਮਲੇ ਕਰਕੇ ਹੁੰਦੇ ਆਪਣੇ ਨੁਕਸਾਨ ਨੂੰ ਇਸੇ ਤਰ੍ਹਾਂ ਤੱਕਦਾ ਅਤੇ ਝੂਰਦਾ ਰਹੇਗਾ। ਗੁਰਦਰਸ਼ਨ ਸਿੱਧੂ, PTC ਨਿਊਜ਼, ਸੰਗਰੂਰ।